ਭਲਾ ਸਾਹਿਬ, ਇਹ ਪਹਿਲੀ ਵਾਰੀ ਐਸਾ ਪੰਜਾਬੀ ਸਿਨੇਮਾ 'ਚ ਹੋ ਰਿਹਾ ਕਿ ਸਿਰਫ 43 ਦਿਨਾਂ ਦੇ ਗੈਪ 'ਚ ਪੰਜ ਪੰਜਾਬੀ ਸਿਨੇਮਾ ਦੇ ਉਹ ਸਟਾਰ ਜਿਨ੍ਹਾਂ ਦੀਆਂ ਮੂਵੀਜ਼ ਜਦੋਂ ਵੀ ਆਉਂਦੀਆਂ ਲੋਕਾਂ 'ਚ ਪਿਆਰ ਉਤਸ਼ਾਹ ਜ਼ਿਆਦਾ ਹੋ ਜਾਂਦਾ ਹੈ ਨਾ, ਉਹ 43 ਦਿਨਾਂ ਕੈਰੀ ਓਨ ਜੱਟਾ 2 ਆਈ, ਉਸ ਤੋਂ ਬਾਅਦ ਜੋ ਜੋ ਰਿਸਪੋਂਸ ਤੁਹਾਨੂੰ ਸੁਣਨ ਨੂੰ ਮਿਲਿਆ, ਪਹਿਲਾਂ ਤਾਂ ਉਹ ਦੱਸੋ ਕਿ ਵੀ ਕਿੱਦਾਂ ਦਾ ਰਿਹਾ ਓਵਰਆਲ ਮਾਹੌਲ, ਔਰ ਤੁਸੀਂ ਸਭ ਤੋਂ ਜ਼ਿਆਦਾ ਕਿਹਦੇ ਵਿਸ਼ਵਾਸ ਕਰਦੇ ਹੋ ਰਿਸਪੋਂਸ ਦੇ ਵਿੱਚ? ਦੇਖੋ, ਸਭ ਤੋਂ ਰੱਬ ਤਾਂ ਸਾਡੇ ਦਰਸ਼ਕ ਨੇ, ਹਾਂ, ਜਿਨ੍ਹਾਂ ਨੇ ਫਿਲਮ ਨੂੰ ਇੰਨਾ ਪਿਆਰ ਦਿੱਤਾ, ਹਾਂ, ਕੌਨਫੀਡੈਂਸ ਸੀ ਸਾਨੂੰ ਸਾਰਿਆਂ ਨੂੰ, ਸਣੇ ਪ੍ਰੋਡਿਊਸਰ, ਸਣੇ ਡਾਇਰੈਕਟਰ, ਸਣੇ ਐਕਟਰਸ ਵੀ ਫਿਲਮ ਹਿੱਟ ਹੋਏਗੀ, ਫਿਲਮ ਪਿਛਲੇ ਰਿਕਾਰਡ ਭੰਨੇਗੀ ਸਾਰੇ, ਇੰਨਾ ਸਾਨੂੰ ਪਤਾ ਸੀ, ਪਰ ਇੰਨੇ ਰਿਕਾਰਡ ਭੰਨੇਗੀ ਕਿ ਹਿਸਟਰੀ ਕ੍ਰੀਏਟ ਕਰ ਦੇਗੀ, ਇਹਦੇ ਬਾਰੇ ਨਹੀਂ ਸੋਚਿਆ ਸੀ। ਇਹ ਸਲਿਊਟ ਜਾਂਦਾ ਸਾਡੇ ਸਾਰੇ ਦਰਸ਼ਕਾਂ। ਪਰ ਭਲਾ ਸਾਹਿਬ, ਜਿੰਨੇ ਤੁਹਾਡੇ ਨੇੜੇ ਹੈ ਉਹ ਤਾਂ ਤੁਹਾਨੂੰ ਹਰ ਫਿਲਮ ਤੋਂ ਬਾਅਦ ਕਹਿੰਦੇ ਹੀ ਹੋਣਗੇ ਭਲਾ ਸਾਹਿਬ ਬਹੁਤ ਵਧੀਆ, ਭਲਾ ਸਾਹਿਬ ਬਹੁਤ ਵਧੀਆ, ਪਰ ਤੁਸੀਂ ਇਸ ਵਾਰੀ ਕੀ ਤੁਹਾਨੂੰ ਵਧੀਆ ਕਿ ਮੈਂ ਤਾਂ ਹੀ ਕਹਿ ਰਿਹਾ ਕਿ ਰਿਸਪੋਂਸ ਸਹੀ ਕਿੱਥੋਂ ਤੁਸੀਂ ਜਾਣਦੇ ਗਿਆ ਆਹ ਸਹੀ ਰਿਸਪੋਂਸ ਹੈ, ਨਹੀਂ ਤਾਂ ਵਧੀਆ ਵਧੀਆ ਤਾਂ ਤੁਹਾਨੂੰ ਹਰੇਕ ਨੇ ਕਹਿਣਾ। ਜਦੋਂ ਫਿਲਮ ਦੀ ਸ਼ੂਟਿੰਗ ਚੱਲਦੀ ਆ ਨਾ, ਹਾਂ, ਪਤਾ ਤਾਂ ਉਦੋਂ ਹੀ ਲੱਗ ਜਾਂਦਾ ਬਈ ਕਿੱਦਾਂ ਦੀ ਸ਼ੂਟਿੰਗ ਹੋ ਰਹੀ ਆ, ਕਿੱਦਾਂ ਦਾ ਮੈਟਰ ਨਿਕਲ ਕੇ ਆ ਰਿਹਾ। ਸੋ ਉਦੋਂ ਸਾਨੂੰ ਕੌਨਫੀਡੈਂਸ ਹੋ ਜਾਂਦਾ। ਪਹਿਲੀ ਫਿਲਮ ਕੈਰੀ ਓਨ ਜੱਟਾ ਜਿੱਥੇ ਜਿਸ ਲਾਊਡਨੈਸ 'ਤੇ ਖਤਮ ਹੋਈ ਸੀ, ਦੂਸਰੀ ਫਿਲਮ ਕੈਰੀ ਓਨ ਜੱਟਾ 2 ਉਸ ਲਾਊਡਨੈਸ ਤੋਂ ਸ਼ੁਰੂ ਹੋਈ ਆ। ਸਹੀ ਕਹਿ ਰਹੇ, ਜੋ ਮੇਰੇ ਅਤੇ ਬਿਨੂ ਦੀ ਕਨਵਰਸੇਸ਼ਨ ਪਹਿਲੀ ਦੇ ਵਿੱਚ ਅਖੀਰ 'ਤੇ ਆ ਕੇ, ਇਹਦਾ ਪਤੀ ਅਤੇ ਮੇਰਾ ਮੁੰਡਾ ਕੀ ਕਹਿ ਰਹੇ ਹੋ, ਇਹਦਾ ਪਤੀ ਅਤੇ ਮੇਰਾ ਮੁੰਡਾ ਕੀ ਕਹਿ ਰਹੇ ਹੋ, ਸਾਲਿਆ ਕੋਲ ਦੱਸਣ ਵੀ ਦਏਗਾ, ਉਹ ਜਿਸ ਲਾਊਡਨੈਸ 'ਤੇ ਉਹ ਸੀਨ ਸੀ, ਇਸ ਲਾਊਡਨੈਸ 'ਤੇ ਇਹ ਫਿਲਮ ਸ਼ੁਰੂ ਹੋਈ ਆ। ਯੈਸ, ਉਹਨੀ ਲਾਊਡਨੈਸ 'ਤੇ ਜਿਹੜੀ ਮੇਰੀ ਅਤੇ ਬਿਲਨੂ ਦੀ ਕਨਵਰਸੇਸ਼ਨ ਵੀ ਚੱਲ ਉੱਥੇ ਪਹੁੰਚ ਕਚਹਿਰੀਆਂ, ਇਹ ਕਰ ਵੋ ਕਰ, ਅਤੇ ਮੇਰੇ ਮੂਹਰੇ ਪਹਿਲੀ ਸੀਨ ਦੇ ਵਿੱਚ ਅਸੀਂ ਦੱਸਤਾ ਵੀ ਮੇਰੇ ਮੂਹਰੇ ਐਂ ਹੱਥ ਨਹੀਂ ਕਰਨਾ, ਹੱਥ ਘੁਮਾਉਂਦਾ ਵੀ ਇਹ ਮੇਰੀ ਚਿਹੜ ਆ, ਮੇਰੀ ਛੇੜ ਆ, ਜੇ ਕੀਤਾ ਮੈਂ ਤੇਰੀ ਬਾਂਹ ਮਰੋੜ ਦੂੰ। ਉਸ ਚੀਜ਼ ਨੂੰ ਡਿਵੈਲਪ ਕਰਕੇ ਅੱਗੇ ਤੱਕ ਚੱਲੇ ਹਾਂ, ਫਿਰ ਜਿੱਥੇ ਆਉਂਦਾ ਇੱਕ ਵਾਰੀ ਬਾਂਹ ਮਰੋੜਦਾ ਵੀ ਹਾਂ ਲਾਈਕ ਦੈਟ, ਫਿਰ ਇਸੇ ਤਰ੍ਹਾਂ ਤਕੀਆ ਕਲਾਮ, ਫਿਰ ਨਵਾਂ ਤਕੀਆ ਕਲਾਮ, ਐਤਕੀ ਪਾਇਆ ਕਰਮਜੀਤ ਨੂੰ ਮੋਹ ਨੂੰ ਲੈ ਕੇ ਮੇਰਾ ਸਾਲਾ ਵੀ ਇਹੋ ਜਿਹਾ ਗੰਦਾ ਸਾਲਾ, ਨਾ ਚਿੱਟਾ ਨਾ ਕਾਲਾ, ਹੈ ਨਾ। ਉਹ ਚੀਜ਼ਾਂ ਜਦੋਂ ਦਰਸ਼ਕ ਸੁਣਦੇ ਨੇ ਅਤੇ ਦੈਟ ਬਿਕਮ ਤੁਹਾਡਾ ਮਾਈਲ ਸਟੋਨ ਕਹਿ ਲਓ ਵੀ, ਤੁਹਾਡੇ ਲਈ ਇੱਕ ਨਵਾਂ ਤਕੀਆ ਕਲਾਮ ਨਿਕਲ ਕੇ ਬਾਹਰ ਆਉਂਦਾ, ਸਾਲੀ ਗੰਦੀ ਲਾ ਦੇਣਾ ਵਜਾ ਨਾ ਸਵਾਦ ਇਸ ਤੋਂ ਬਿਨਾਂ। ਸੋ ਕੋਸ਼ਿਸ਼ ਕੀਤਾ ਨਵੇਂ 'ਤੇ ਸਟ੍ਰੈਸ ਕਰੀਏ, ਪੁਰਾਣੇ ਦੀਆਂ ਇੱਕ ਅੱਧੀਆਂ ਲਾਈਨਾਂ ਉਹਦੇ ਵਿੱਚ ਜ਼ਰੂਰ ਰੱਖੀਏ। ਜਿਵੇਂ ਸ਼ੁਰੂ ਦੇ ਵਿੱਚ ਰੱਖਿਆ ਵੀ ਐਡਵੋਕੇਟ ਢਿੱਲੋਂ ਨੇ ਕਾਲਾ ਕੋਲ ਐਵੇਂ ਨਹੀਂ ਪਾਇਆ, ਕਹਿੰਦਾ ਕਮੀਜ਼ ਕੱਚ ਕੋਲ ਉਧੜੀ ਤਾਂ ਪਾਇਆ, ਨਵੀਂ ਗੱਲ ਸੀ, ਨਵੀਂ ਲੋਕਾਂ ਨੇ ਲਾਈਕ ਕੀਤੀ। ਉਸ ਤੋਂ ਬਾਅਦ ਸਾਰੀ ਫਿਲਮ ਦੇ ਵਿੱਚ ਅਸੀਂ ਕਾਲੇ ਕੋਟ ਵਾਲੀ ਦੁਬਾਰਾ ਗੱਲ ਨਹੀਂ ਹੋਈ, ਦੁਬਾਰਾ ਇਸ ਕਰਕੇ ਨਹੀਂ ਕੀਤੀ ਵੀ ਪੁਰਾਣੀ ਚੀਜ਼ ਨਾ ਲੱਗੇ ਦਰਸ਼ਕਾਂ ਨੂੰ ਵੀ ਕੁਛ ਨਵਾਂ ਮੈਟਰ ਹੈ ਇਹਦੇ ਵਿੱਚ। ਬਹੁਤ ਵਧੀਆ। ਅਤੇ ਇੱਕ ਗੱਲ ਹੋਰ ਹੈ ਭੱਲਾ ਸਾਹਿਬ, ਜਿਵੇਂ ਅਕਸਰ ਜਦੋਂ ਮੇਰੀ ਪਿਛਲੀ ਵਾਰੀ ਗੱਲ ਨਾ ਹੋਈ ਸੀਗੀ, ਜਦੋਂ ਇਹ ਕੈਰੀ ਓਨ ਜੱਟਾ 2 ਰਿਲੀਜ਼ ਹੋਣੀ ਸੀਗੀ, ਘੁੱਗੀ ਭਾਜੀ ਅਤੇ ਬੀਨੂ ਨਾਲ ਮੇਰੀ ਗੱਲਬਾਤ ਹੋਈ ਸੀਗੀ, ਤਾਂ ਜਦੋਂ ਮੈਂ ਉਹਨਾਂ ਨੂੰ ਇਹ ਗੱਲ ਪੁੱਛੀ ਤਾਂ ਇਸ ਗੱਲ ਦਾ ਜ਼ਿਕਰ ਇਹ ਹੋਇਆ ਕਿ ਸਾਨੂੰ ਪੰਜਾਂ ਨੂੰ ਲੈ ਕੇ ਫਿਲਮ ਬਣਾਉਣਾ ਕੈਰੀ ਓਨ ਜੱਟਾ ਇਸ ਕਰਕੇ ਡਿਲੇ ਹੋ ਗਈ ਸੀ ਕਿਉਂਕਿ ਅਸੀਂ ਛੇਤੀ ਕਾਬੂ 'ਚ ਨਹੀਂ ਆਉਂਦੇ ਹੈਗੇ, ਅਸੀਂ ਇਕੱਠੇ ਨਹੀਂ ਹੋ ਪਾਉਂਦੇ। ਬਹੁਤ ਡਾਇਰੈਕਟਰਸ ਨੇ ਕੋਸ਼ਿਸ਼ ਕੀਤੀ, ਪ੍ਰੋਡਿਊਸਰਸ ਨੇ ਸਾਨੂੰ ਇਕੱਠੇ ਕਰਨ ਦੀ। ਦੇਖੋ, ਕਈ ਰੀਜ਼ਨ ਨੇ, ਕੀ ਕਾਰਨ ਸੀ? ਇੱਕ ਤਾਂ ਕਾਰਨ ਇਹ ਸੀਗਾ ਵੀ ਹਰ ਇੱਕ ਆਰਟਿਸਟ ਆਪੋ ਆਪਣੀਆਂ ਫਿਲਮਾਂ ਦੇ ਵਿੱਚ ਬਿਜ਼ੀ ਹੁੰਦੇ ਆ, ਹਾਂ, ਹੈ ਨਾ, ਵੀ ਕੋਈ ਕਿਸੇ ਦੀ ਕੋਈ ਸ਼ੂਟਿੰਗ ਚੱਲਦੀ ਆ, ਕਿਸੇ ਦੀ ਕਿੱਥੇ ਚੱਲਦੀ ਆ, ਕਿਸੇ ਦੀਆਂ ਆਪਣੀਆਂ ਕੰਡੀਸ਼ਨਸ ਹੁੰਦੀਆਂ ਨੇ। ਜਿਵੇਂ ਬੀਨੂ ਸਾਹਿਬ ਦੀਆਂ ਅੱਜ ਕੱਲ੍ਹ ਹੋ ਜਾਂਦੀਆਂ, ਨਹੀਂ ਮੈਂ ਤਾਂ ਹੀਰੋ ਆਉਣਾ ਚਾਹੇ ਮੈਥੋਂ 3 ਸਾਲ ਹੀ ਛੋਟਾ ਮੈਮ, ਤੋ ਇੱਦਾਂ ਦੀਆਂ ਗੱਲਾਂ ਜਦੋਂ ਹੀਰੋ, ਫਿਰ ਉਹਦੇ ਲਈ ਸਕ੍ਰਿਪਟ ਲਿਖਣੀ ਉਹ ਹਿਸਾਬ ਨਾਲ ਵੀ ਗਿੱਪੀ ਦੇ ਪੈਰਲਰ ਹੋਵੇ, ਹੈ ਨਾ, ਸੋ ਉਹ ਦਰਸ਼ਕ ਉਹਨੂੰ ਐਕਸੈਪਟ ਕਰਦੇ ਆ, ਫਿਰ ਉਹਦੀ ਉਮਰ ਦਾ ਜ਼ਿਕਰ ਕਰਨਾ ਉਹਦੇ ਵਿੱਚ, ਹੈ ਨਾ, ਵੀ ਕਿੰਨਾ ਚਿਰ ਹੋ ਗਿਆ, ਲੇਟ ਹੋ ਗਿਆ, ਉਹਨੂੰ ਜਸਟੀਫਾਈ ਕਰਨਾ। ਸੋ ਫਿਰ ਅਲਟੀਮੇਟਲੀ ਜਿਹੜੀ ਤੀਸਰੀ ਗੱਲ ਹੁੰਦੀ ਆ, ਉਹ ਤਾਂ ਫਿਰ ਪੈਸੇ 'ਤੇ ਆ ਜਾਂਦੀ ਹੈ। ਨਹੀਂ ਜੀ, ਹੁਣ ਮੇਰਾ ਰੇਟ ਇੰਨਾ ਹੋ ਗਿਆ ਸਾਡੇ ਕਰਕੇ ਜੀ, ਕੈਰੀ ਓਨ ਜੱਟਾ ਪਹਿਲਾਂ ਇੰਨੀ ਹਿੱਟ ਹੋਈ ਆ, ਸਾਨੂੰ ਹੁਣ ਉਹਦਾ ਇਨਸੈਂਟਿਵ ਮਿਲਣਾ ਚਾਹੀਦਾ, ਉਹ ਤੋਂ ਸਾਨੂੰ ਕੀ ਦਿੱਤਾ, ਉਦੋਂ ਮੁਫਤ 'ਚ ਕੀਤੀ ਆ, ਹੁਣ ਨਹੀਂ ਅਸੀਂ ਮੁਫਤ 'ਚ ਕਰਨ ਦੇਣੀ, ਲਾਈਕ ਦੈਟ। ਇਹੋ ਜਿਹੀਆਂ ਗੱਲਾਂ ਬਾਤਾਂ ਜੋ ਹਾਸੇ ਮਜ਼ਾਕ 'ਚ ਚੱਲਦੀਆਂ ਰਹਿੰਦੀਆਂ ਨੇ, ਫਿਰ ਹੌਲੀ ਹੌਲੀ ਪ੍ਰੋਡਿਊਸਰ ਡਾਇਰੈਕਟਰ ਸਾਰਿਆਂ ਨੂੰ ਮਨਾਉਂਦੇ ਆ, ਇਕੱਠੇ ਕਰਦੇ ਆ, ਯਾਰ ਇੰਨੇ ਬੰਦੇ ਇਕੱਠੇ ਕਰਨੇ ਸੌਖੇ ਆ ਕਿਤੇ, ਸਹੀ ਆ। ਫਿਰ ਜਦੋਂ ਇਕੱਠੇ ਹੋ ਗਏ, ਉਹਨਾਂ ਨੂੰ ਲੜਕਿਆ ਇੱਕ ਮਧਾਣੀ 'ਚ ਪਾ ਕੇ, ਅਤੇ ਫਿਰ ਜੋ ਮੱਖਣ ਤਿਆਰ ਹੋਇਆ, ਤੁਸੀਂ ਵੇਖ ਲਿਆ ਉਹਨੇ ਪੰਜਾਬੀ ਫਿਲਮ ਇੰਡਸਟਰੀ ਦੇ ਸਾਰੇ ਰਿਕਾਰਡ ਬੀਟ ਕਰਤੇ। ਸਹੀ ਗੱਲ ਹੈ।